ਇਹ ਐਚ ਆਰ ਐਫ ਨੂੰ ਦੇਖ ਕੇ ਪਤਾ ਲੱਗ ਗਿਆ ਸੀ ਕਿ ਇਹ ਆਉਣ ਵਾਲੇ ਜ਼ਮਾਨੇ ਦਾ ਇੱਕ ਬਹੁਤ ਚੰਗਾ ਔਰ ਵੱਡਾ ਸ਼ਾਇਰ ਹੈ। ਅਤੇ ਹਰ ਉਹ ਸ਼ਾਇਰ ਜਿਹਦਾ ਆਗਾਜ਼ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤੋਂ ਹੁੰਦਾ, ਬਿਲ ਆਖਰ ਇਸੇ ਰਿਦਮ ਦੇ ਵਿੱਚ ਫਿਰ ਉਹ ਐਸਾ ਖਿਆਲ ਕਲਮਬੱਧ ਕਰਦਾ ਕਿ ਜਿਹੜਾ ਇਸ ਪਹਾੜੇ ਤੋਂ ਬਹੁਤ ਬੁਲੰਦਰ ਹੋ ਕੇ ਉਹਦੀ ਅਲੱਗ ਪਹਿਚਾਣ ਬਣ ਜਾਂਦਾ। ਗੱਲ ਤਾਂ ਉਹੀ ਹੈ ਜਿਹੜੀ ਸਾਰੇ ਕਹਿ ਰਹੇ ਆ, ਲੇਕਿਨ ਕਿਸੇ ਨਵੇਂ ਸਲੂਪ ਅਤੇ ਨਵੀਂ ਡਿਕਸ਼ਨ ਦੇ ਵਿੱਚ ਉਸ ਗੱਲ ਨੂੰ ਬਿਆਨ ਕਰ ਦੇਣਾ ਇੱਕ ਬਹੁਤ ਮੁਸ਼ਕਲ ਔਰ ਵੱਡਾ ਮਰਹਲਾ ਹੁੰਦਾ। ਇਹ ਐਚ ਆਰ ਐਫ ਨੇ ਇਹ ਮਰਹਲਾ ਬੜੀ ਆਸਾਨੀ ਔਰ ਰਵਾਨੀ ਨਾਲ ਤੈਅ ਕੀਤਾ। ਸ਼ਾਇਰੀ ਐਸੀ ਕਿ ਤੁਸੀਂ ਕਿਤੇ ਰੁਕਦੇ ਨਹੀਂ ਔਰ ਤੁਸੀਂ ਉਹਦੇ ਨਾਲ ਬਹਿੰਦੇ ਚਲੇ ਜਾਂਦੇ ਹੋ। ਔਰ ਇਹੀ ਹੁਨਰ ਹੈ ਕਿ ਜਿਹੜਾ ਇਹ ਐਚ ਆਰ ਐਫ ਨੂੰ ਸਾਡੇ ਦਰਮਿਆਨ ਲੈ ਕੇ ਆਇਆ ਔਰ ਇਸ ਕਿਤਾਬੀ ਸ਼ਕਲ ਦੇ ਵਿੱਚ ਉਹਨੇ ਆਪਣੇ ਇਜ਼ਹਾਰ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ। ਇੱਕ ਬੜੇ ਸਾਡੇ ਦੋਸਤ ਨੇ ਔਰ ਨਕਾਦ ਨੇ ਔਰ ਉਹਨਾਂ ਦਾ ਤਰਜ਼ੇ